ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ಅಮੂਲ ਕਵਿਤਾ ਹੈ ਜਿਸ ਦਾ ਸਰਲੇਖ ਹੈ ਕਮਲ ਸੂਰਜ ਨੂੰ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਜਿੱਕੜ ਦੇ ਵਿੱਚ ਖੜਾ ਖੜੋਤਾ ਹੈ ਗਲਗਲ ਪਾਣੀ ਆਇਆ ਬੂਰ ਸਿਵਾਲਾਂ ਘੇਰਾ ਕਤਿਆ ਇੱਕ ਧਿਆਨ ਤੁਸਾਂ ਦਰ ਲਾਇਆ ਵਾ ਚਮਕਾਂਦੇ ਸਾਈਂ ਸੋਹਣੇ ਸਾਡੀ ਮਹਿਲ ਤੁਸਾਂ ਨਾ ਗਤਰੀ ਕਿਰਨਾ ਦਾ ਮੀ ਭੇਜ ਅਰਸ਼ ਤੋਂ ਸਾਡਾ ਜੀਉੜਾ ਤੁਸਾਂ ਖਿੜਾਇਆ ਹਾਂਜੀ ਚਿਕੜ ਦੇ ਵਿੱਚ ਖੜਾ ਖੜੋਤਾ ਹੈ ਗਲ ਗਲ ਪਾਣੀ ਆਇਆ ਬੂਰ ਸਿਵਾਲਾਂ ਘੇਰਾ ਕਤਿਆ ਇੱਕ ਧਿਆਨ ਤੁਸਾਂ ਦਰ ਲਾਇਆ ਵਾ ਚਮਕਾਂਦੇ ਸਾਈਂ ਸੋਹਣੇ ਸਾਡੀ ਮੈਲ ਤੁਸਾਂ ਨਾ ਗਤਰੀ ਕਿਰਨਾਂ ਦਾਮੀ ਭੇਜ ਅਰਸ਼ ਤੋਂ ਸਾਡਾ ਜੀਉੜਾ ਤੁਸਾਂ ਖਿੜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ